ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਮੇਸ਼ ਸ਼ਰਮਾ ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਥਿਸ ਇਜ਼ ਸੋਨਮ ਬਾਜਵਾ ਥਿਸ ਇਜ਼ ਗੁਰਿੰਦਾਵਾਦ ਸਬਸਕ੍ਰਾਈਬ ਕਰੋ ਜੀ ਪਿਟਾਰਾ 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 ਦਾ ਅਫੀਸ਼ੀਅਲ YouTube ਚੈਨਲ ਰਾਈਟ ਨਾਓ हर त्योहार दी एक वक्री पहचान है जिवें होली दी पहचान रंगा दे नाल दिवाली दी पहचान रोशनी दे नाल ते आज जो त्योहार आपा इत्थे मनान आया ना उदी पहचान है मिट्टी ए खेत साडे किसान मेरे वलो ते पिटारा दी पूरी टीम वलो तुहानू सारिआं नू विसाखी दीआं लख लख वधाईआं ते आज जो कलाकार साडे नाल मौजूद ने ਉਹ ਹਮੇਸ਼ਾ ਤੋਂ ਇਸ ਮਿੱਟੀ ਨਾਲ ਜੁੜੇ ਰਹੇ ਨੇ ਤੇ ਕਿਸਾਨੀ ਜੋ ਹੈ ਉਹ ਉਹਨਾਂ ਦੇ ਰਗ ਰਗ 'ਚ ਵੱਸਦੀ ਹੈ ਸੋ ਪਲੀਜ਼ ਵੈਲਕਮ ਜੱਸਾ ਜੱਟ ਆਈ ਮੀਨ ਜੱਸ ਬਾਜਵਾ ਸਤਿ ਸ਼੍ਰੀ ਅਕਾਲ ਜੀ ਪਟਾਰਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਹਿਲਾਂ ਤਾਂ ਵਿਸਾਖੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪਟਾਰਾ ਵੱਲੋਂ ਤੁਹਾਨੂੰ ਵੀ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਬਹੁਤ ਮਿਹਰਬਾਨੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਅੱਜ ਖੇਤਾਂ 'ਚ ਕਿਵੇਂ ਤਾਂ ਲੱਗ ਰਿਹਾ ਤੁਹਾਨੂੰ ਪਟਾਰਾ ਨਾਲ ਆਲਵੇਜ਼ ਜਿੰਨੀ ਕੁ ਵਾਰੀ ਵੀ ਸਾਡੀ ਮੁਲਾਕਾਤ ਹੋਈ ਹੈ ਜਾਂ ਕਿਸੇ ਸ਼ੋਅ 'ਤੇ ਜਾਂ ਕਿਸੇ ਸਟੂਡੀਓ 'ਤੇ ਬਟ ਅੱਜ ਬੜਾ ਮਤਲਬ ਮੇਰਾ ਇਹ ਸਭ ਤੋਂ ਫੇਵਰੇਟ ਜ਼ੋਨ ਹੈ ਜਿੱਥੇ ਆਪਾਂ ਖੜ੍ਹੇ ਹਾਂ ਤਾਂ ਮੈਨੂੰ ਬਹੁਤ ਮੈਂ ਐਕਸਾਈਟਡ ਹਾਂ ਅਤੇ ਉੱਦਾਂ ਵੀ ਮੈਨੂੰ ਖੁਸ਼ੀ ਹੈ ਕਿ ਤੁਸੀਂ ਦੇਖੋ ਇੱਥੇ ਵਾਤਾਵਰਨ ਹੀ ਦੇਖੋ ਕਿੱਡਾ ਵਧੀਆ ਆਪਦੇ ਆਪ 'ਚ ਹੀ ਇੱਕ ਮਤਲਬ ਬੜੀ ਬਾ ਕਮਾਲ ਚੀਜ਼ ਹੈ ਜੀ ਤੇ ਕਰੀਏ ਫਿਰ ਆਪਾਂ ਇਸ ਸੋਹਣੇ ਦਿਨ ਦੀ ਸ਼ੁਰੂਆਤ ਗੁਰੂ ਘਰ ਮੱਥਾ ਟੇਕ ਕੇ ਆਓ ਜੀ ਆਓ ਬਿਲਕੁਲ ਇਹ ਪਿੰਡਾਂ ਦਾ ਕਲਚਰ ਹੈ ਦੇਸੀ ਮੰਜੇ ਨੇ ਜੀ ਬਿਲਕੁਲ ਜਿਨ੍ਹਾਂ ਨੂੰ ਕਹਿ ਦਈਏ ਸੂਤ ਦੇ ਜੀ ਇਹਦਾ ਮੇਨ ਏਰੀਆ ਤੇ ਉਹ ਹੈਗੀ ਇਹਦੀ ਦੌਣ ਦੌਣ ਠੀਕ ਆ ਜੀ ਤੁਹਾਡੇ ਸੂਟ ਨਾਲ ਦਾ ਰੰਗ ਆ ਸੋ ਪਹਿਲਾਂ ਤਾਂ ਮੈਨੂੰ ਆ ਦੱਸੋ ਕਿ ਤੁਹਾਡਾ ਬਚਪਨ ਜੋ ਹੈ ਉਹ ਖੇਤੀ ਕਿਸਾਨੀ ਨਾਲ ਕਿਵੇਂ ਦਾ ਰਿਹਾ ਹੈ ਮੇਰਾ ਬਚਪਨ ਤਾਂ ਜਿਵੇਂ ਆਮ ਪਿੰਡਾਂ 'ਚ ਜਵਾਕਾਂ ਦਾ ਬਚਪਨ ਬਤੀਤਦਾ ਹੈ ਉਵੇਂ ਮੇਰਾ ਖੇਤੀ ਦੇ ਨਾਲ ਮਤਲਬ ਬਹੁਤ ਜ਼ਿਆਦਾ ਸ਼ੁਰੂ ਤੋਂ ਲਗਾ ਰਿਹਾ ਜੀ ਮੇਰਾ ਇਕੱਲੇ ਦਾ ਨਹੀਂ ਜਿੰਨੇ ਵੀ ਅਸੀਂ ਪਿੰਡਾਂ 'ਚ ਜਿਹੜੇ ਨੌਜਵਾਨ ਵੱਡੇ ਹੋਏ ਆ ਉਹਨਾਂ ਦਾ ਸਭ ਦਾ ਖੇਤੀ ਨਾਲ ਇੱਕ ਆਪ ਮੁਹਾਰੇ ਰਿਸ਼ਤਾ ਜੁੜ ਜਾਂਦਾ ਕਈ ਵਾਰੀ ਬਾਹਰੋਂ ਲੋਕਾਂ ਨੂੰ ਦੇਖਣ ਨੂੰ ਲੱਗਦਾ ਜਿਵੇਂ ਹੁਣ ਇਹਨਾਂ ਖੇਤਾਂ 'ਚ ਆਉਂਦੇ ਹੈ ਕਈ ਵਾਰੀ ਇਹ ਲੱਗਦਾ ਵੀ ਜਦੋਂ ਇੱਕ ਕਿਸੇ ਚੀਜ਼ ਦੀ ਵੈਲਿਊ ਹੈ ਜਿਹੜੀ ਜਦੋਂ ਤੁਹਾਡੇ ਤੋਂ ਦੂਰ ਹੋ ਜਾਂਦੀ ਉਦੋਂ ਪਤਾ ਲੱਗਦੀ ਹੈ ਹੁਣ ਪਿਛਲੇ 5-6 ਸਾਲਾਂ ਤੋਂ ਤਕਰੀਬਨ ਉਨਾ ਕਲੋਜ਼ ਨਹੀਂ ਹੈਗਾ ਖੇਤੀ ਦੇ ਜਿੰਨਾ ਉਦੋਂ ਸੀ ਸਟਾਰਟਿੰਗ ਵਾਲੇ ਦਿਨਾਂ 'ਚ ਉਦੋਂ ਤਾਂ ਐਂ ਹੋ ਜਾਂਦਾ ਸੀ ਜਿਵੇਂ ਹੁਣ ਇਹ ਬਰਸੀਨ ਹੈ ਕਿੱਡੀ ਸੋਹਣੀ ਲੱਗ ਰਹੀ ਹੈ ਜਿਹਦੇ 'ਚ ਆਪਾਂ ਬੈਠੇ ਹਾਂ ਕਣਕ ਪੱਕੀ ਹੈ ਕਦੇ ਕਦੇ ਇੱਦਾਂ ਹੋ ਜਾਂਦਾ ਸੀ ਵੀ ਯਾਰ ਅੱਜ ਦੁਬਾਰੇ ਫਿਰ ਬਰਸੀਨ ਵੱਢਣੀ ਪੈਣੀ ਹੈ ਯਾਰ ਉਹ ਵੀ ਹੈ ਨਾ ਬੰਦੇ ਦੇ ਦਿਮਾਗ 'ਚ ਉਹ ਚੀਜ਼ਾਂ ਆ ਜਾਂਦੀਆਂ ਨੇ ਪਰ ਇਹ ਡਿਪੈਂਡ ਕਰਦਾ ਤੁਹਾਡੇ ਪਰਿਵਾਰ ਦੇ ਮਾਹੌਲ 'ਤੇ ਜਿਉਂ ਜਿਉਂ ਇੱਕ ਬੱਚਾ ਜ਼ਿਮੀਂਦਾਰ ਪਰਿਵਾਰ 'ਚ ਵੱਡਾ ਹੁੰਦਾ ਉਹਦੇ ਨਾਲ ਉਹਦੇ 'ਤੇ ਕੰਮ ਕਾਰ ਦੀਆਂ ਜ਼ਿੰਮੇਵਾਰੀਆਂ ਜਿਵੇਂ ਸਾਡੇ ਆਮ ਪਿੰਡਾਂ 'ਚ ਮੱਝਾਂ ਰੱਖੀਆਂ ਹੁੰਦੀਆਂ ਨੇ ਤਾਂ ਖੇਤੀ ਨਾਲ ਉਹ ਮੱਝਾਂ ਵੀ ਜੁੜ ਜਾਂਦੀਆਂ ਨੇ ਜਿਵੇਂ ਕਿਸੇ ਪਾਸੇ ਪੱਠੇ ਕਹਿ ਦਿੰਦੇ ਆ ਅਸੀਂ ਕੱਖ ਕਹਿ ਦਿੰਦੇ ਹਾਂ ਬਰਸੀਨ ਕਹਿ ਦਿੰਦੇ ਆ ਹਰਾ ਕਹਿ ਦਿੰਦੇ ਆ ਬਹੁਤ ਵੱਖ ਵੱਖ ਮਤਲਬ ਏਰੀਏ ਦੇ ਹਿਸਾਬ ਨਾਲ ਅਲੱਗ ਅਲੱਗ ਨਾਂ ਨੇ ਤਾਂ ਉਹ ਸਾਡੀ ਸਟਾਰਟਿੰਗ ਤੋਂ ਡਿਊਟੀ ਹੁੰਦੀ ਸੀ ਜਦੋਂ ਅਸੀਂ ਕੱਖ ਲੈ ਕੇ ਆਉਣੇ ਵੱਢ ਕੇ ਇਹਦੀ ਬਾਹਰ 'ਚ ਦਾਤੀ ਰੱਖੇ ਆਉਣੀ ਕਈ ਵਾਰੀ ਕੀ ਹੁੰਦਾ ਸੀ ਵੀ ਜਿਵੇਂ ਮੰਨ ਲਓ ਵੀ ਖੇਤ 'ਚ ਅਸੀਂ ਕੱਖ ਲੈਣ ਗਏ ਹਾਂ ਦਾਤੀ ਜਾਂ ਦਾਤ ਘਰੇ ਭੁੱਲ ਗਏ ਨਹੀਂ ਤਾਂ ਇਹ ਨਹੀਂ ਹੁੰਦਾ ਸੀ ਵੀ ਮੁੜ ਕੇ ਫੇਰ ਆਵਾਂਗੇ ਜਿਵੇਂ ਗੁਆਂਢੀ ਹੈ ਉਹਦੀ ਬਾਹਰ 'ਚ ਜਾ ਕੇ ਦੇਖ ਲੈਣਾ ਵੀ ਸਾਡੀ ਨਹੀਂ ਤਾਂ ਉਹਦੀ ਤਾਂ ਪਈ ਹੋਊ ਉਹਦੀ ਦਾਤੀ ਕੱਢ ਕੇ ਦੁਬਾਰੇ ਫਿਰ ਵੱਢ ਲੈਣਾ ਮਤਲਬ ਇਹ ਸਾਡੀਆਂ ਇੱਕ ਨੌਲੇਜ ਵੀ ਹੈ ਅਤੇ ਇੱਕ ਇਹਦੇ 'ਚ ਐਕਸਪੀਰੀਅੰਸ ਵੀ ਹੈ ਸੋ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਬੰਦਾ ਖੇਤਾਂ ਨਾਲ ਜੁੜ ਕੇ ਰਹਿੰਦਾ ਉਹ ਜ਼ਿੰਦਗੀ 'ਚ ਤਰੱਕੀ ਤਾਂ ਕਰਦਾ ਹੀ ਕਰਦਾ ਚਾਹੇ ਉਹ ਕਿਸੇ ਵੀ ਕੰਮ 'ਚ ਮਤਲਬ ਉਹ ਇੱਕ ਆਪਣੇ ਸੱਭਿਆਚਾਰ ਨੂੰ ਆਪਣੇ ਦਿਲ ਦੇ ਵਿੱਚ ਜਿਉਂਦਾ ਰੱਖਦਾ ਇੱਕ ਨਾ ਲੋਕ ਚਰਚਾ ਹੁੰਦੀ ਹੈ ਡਾਇਲੋਗ ਹੁੰਦਾ ਵਿਚਾਰਧਾਰਾ ਜਿਹਨੂੰ ਕਹਿ ਦਿੱਤਾ ਜਾਂਦਾ ਉਹਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਕੌਮ ਲਈ ਕਿਸੇ ਵੀ ਕਿੱਤੇ ਲਈ ਉਹਦਾ ਮਤਲਬ ਕੀ ਹੁੰਦਾ ਖੁੰਡ ਚਰਚਾ ਸਪੋਜ਼ ਕਰੋ ਵੀ ਪਿੰਡ 'ਚ ਕੱਟ ਲੱਗ ਗਿਆ ਲਾਈਟ ਭੱਜ ਗਈ ਤਾਂ ਕਿਸੇ ਨਾ ਕਿਸੇ ਮੋਟਰ 'ਤੇ ਨੌਜਵਾਨ ਵਰਗ ਹੈ ਜਿਹੜਾ ਉਹਨੇ ਲੈਦਾ ਬਹਿ ਜਾਣਾ ਤਾਸ਼ ਲੈ ਕੇ ਜਿਹੜੇ ਸਾਡੇ ਬਜ਼ੁਰਗ ਨੇ
ਉਹਨਾਂ ਨੇ ਲੈਦਾ ਪੱਲੀ ਵਿਛਾ ਕੇ ਬਹਿ ਜਾਣਾ। ਅੱਛਾ, ਮੰਜਾ ਮੰਜੇ ਤੇ ਕਈ ਵਾਰੀ ਸਾਰੇ ਨਹੀਂ ਵੀ ਆਉਂਦੇ ਤਾਂ ਪੱਲੀ ਵਿਛਾ ਲੈਣੀ, ਐਸਾ ਮਾਹੌਲ ਬਣ ਜਾਂਦਾ। ਲਾਈਟ ਦਾ ਅੱਧੇ ਘੰਟੇ ਦਾ ਕੰਮ, ਲਾਈਟ ਭੱਜੀ ਕੱਟ ਲੱਗਿਆ, ਲਾਈਟ ਆ ਵੀ ਗਈ, ਪਰ ਉਸ ਖੁੰਡ ਚਰਚਾ 'ਚ ਇੰਨਾ ਕੁ ਜ਼ਿਆਦਾ ਅਸੀਂ ਰੁੱਝ ਜਾਂਦੇ ਹਾਂ ਉਹਨਾਂ ਬਜ਼ੁਰਗਾਂ ਦੀਆਂ ਗੱਲਾਂ, ਅਤੇ ਉੱਥੋਂ ਚਾਰ ਚਾਰ ਘੰਟੇ ਉੱਠਣ ਨੂੰ ਚਿੱਤ ਨਹੀਂ ਕਰਦਾ। ਫਿਰ ਪਿਆਰ ਕਿਵੇਂ ਵੱਧਦਾ? ਜਿਵੇਂ ਇੱਕ ਮੋਟਰ 'ਤੇ ਆਪਾਂ ਬੈਠੇ ਹਾਂ, ਜਿਨ੍ਹਾਂ ਦੀ ਇਹ ਮੋਟਰ ਹੈ ਉਹਨੂੰ ਕਿਸੇ ਨੇ ਬਜ਼ੁਰਗ ਨੇ ਕਹਿ ਦੇਣਾ ਪੁੱਤ ਘਰੋਂ ਪਾਣੀ ਲਿਆ, ਸਕੰਜਮੀ ਬਣਾ ਲਿਆ, ਉਹ ਸਭ ਕੁਛ ਜਿਵੇਂ ਸਕੰਜਮੀ ਹੁਣ ਐਂ ਤਾਂ ਹੈ ਨਹੀਂ ਵੀ ਉਹਨੇ ਘਰੇ ਜਾ ਕੇ ਬਣਾਉਣੀ, ਉਹਨੇ ਬਾਲਟੀ ਲਿਆਉਣੀ ਹੈ, ਘਰੋਂ ਚੀਨੀ ਚੱਕ ਲਿਆਉਣੀ ਹੈ, ਮੋਟਰ ਚਲਾ ਕੇ ਪਾਣੀ ਭਰ ਲੈਣਾ, ਇੱਥੇ ਹੀ ਸਾਰਾ ਕੁਛ ਬਣਾਉਣਾ। ਸੋ ਆਪਸੀ ਭਾਈਚਾਰਾ, ਆਪਸੀ ਪਿਆਰ, ਖੁੰਡ ਚਰਚਾ ਵੀ ਫਲਾਣੇ ਦਾ ਮੁੰਡਾ ਮੈਨੂੰ ਲੱਗਦਾ ਨਸੀਬ ਸਿੰਘ ਚੰਡੀਗੜ੍ਹ ਜਾਣ ਲੱਗ ਗਿਆ, ਇਹ ਵਕੀਲ ਬਣੂਗਾ, ਹੈ ਨਾ, ਫਲਾਣੇ ਦੀ ਨੂੰਹ ਕਨੇਡਾ ਤੋਂ ਆਈ ਹੈ ਹੁਣ ਇਹਨੇ ਕਨੇਡਾ ਚਲੇ ਜਾਣਾ, ਇਹ ਆਪਸੀ ਇਹਨੂੰ ਖੁੰਡ ਚਰਚਾ ਕਹਿ ਦਿੱਤਾ ਜਾਂਦਾ ਜਿਹੜਾ ਡਾਇਲੋਗ ਹੈ। ਦੂਜਾ ਕਹਿੰਦਾ ਇਹਨੇ, ਅੱਛਾ ਜੀ 10 ਕਿੱਲੇ ਠੇਕੇ 'ਤੇ ਲਏ ਸੀ, ਮੁੰਡਾ ਕੰਮ ਤਾਂ ਕਰਦਾ ਨਹੀਂ ਹੈਗਾ, ਹੁਣ ਇਹ ਆਉਣ ਵਾਲੇ ਸਮੇਂ 'ਚ ਬਰਬਾਦ ਹੋਊਗਾ। ਸੋ ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਜ਼ਿੰਦਗੀ 'ਚ ਸਿੱਖਣ ਨੂੰ ਬਹੁਤ ਕੁਛ ਮਿਲਦਾ। ਜਿਹੜੇ ਖੇਤ ਨੇ ਤੁਹਾਡੀ ਜ਼ਿੰਦਗੀ 'ਚ, ਮੇਰੀ ਜ਼ਿੰਦਗੀ 'ਚ ਤਾਂ ਬਹੁਤ ਵੱਡਾ ਮਹੱਤਵ ਰੱਖਦੇ ਹੈ, ਕਿਉਂਕਿ ਮੈਂ ਤਾਂ ਮੇਰਾ ਗਲੇ ਦਾ ਆਪਰੇਸ਼ਨ ਹੋਇਆ, ਨੱਕ ਦਾ ਆਪਰੇਸ਼ਨ ਹੋਇਆ, ਮੈਨੂੰ ਡਾਕਟਰਾਂ ਨੇ ਕਹਿਤਾ ਵੀ ਨਹੀਂ ਤੂੰ ਗਾ ਸਕਦਾ ਜੀ, ਤਾਂ ਮੈਂ ਉਦੋਂ ਖੇਤਾਂ 'ਚ ਹੀ ਆਉਂਦਾ ਸੀ, ਕਿਉਂਕਿ ਫੈਮਲੀ ਨਹੀਂ ਲਾਈਕ ਕਰਦੀ ਸੀ ਵੀ ਸਾਡਾ ਮੁੰਡਾ ਇਸ ਫੀਲਡ 'ਚ ਜਾਵੇ। ਚਲੋ ਉਹਨਾਂ ਨੇ ਕਦੇ ਰੋਕਿਆ ਵੀ ਨਹੀਂ, ਪਰ ਇੱਕ ਡਰ ਸੀ, ਰਿਸਪੈਕਟ ਸੀ ਵੀ ਕੀ ਕਹਿਣਗੇ। ਅੱਜ ਕੱਲ੍ਹ ਤਾਂ ਚਲੋ ਨਿਆਣੇ ਡਰ ਨੂੰ ਹਟ ਗਏ, ਪਰ ਸਾਨੂੰ ਤਾਂ ਅੱਖ ਦੀ ਘੂਰ ਬੜੀ ਹੁੰਦੀ ਸੀ ਸਾਡੇ ਵੱਡਿਆਂ ਦੀ। ਤਾਂ ਮੈਂ ਉਦੋਂ ਖੇਤਾਂ 'ਚ ਆ ਕੇ ਘੰਟਾ ਘੰਟਾ ਗਾਉਂਦਾ ਹੁੰਦਾ ਸੀ, ਮੈਨੂੰ ਨਹੀਂ ਪਤਾ ਸੀ ਰਿਆਜ਼ ਕਿਵੇਂ ਹੁੰਦਾ, ਬਟ ਕਿਸੇ ਆਰਟਿਸਟ ਦੇ ਗਾਣੇ, ਕਿਸੇ ਦੇ ਵੀ ਗਾਣੇ ਜਿਹੜੇ ਮੇਰੇ ਪਸੰਦ ਦਾ ਮੈਂ ਉਹ ਫੜ ਲੈਣੇ, ਮੈਂ ਲਗਾਤਾਰ ਰਿਆਜ਼ ਇਹਨਾਂ ਖੇਤਾਂ 'ਚ ਕਰਦਾ ਹੁੰਦਾ ਸੀ। ਮਤਲਬ ਬਹੁਤ ਯਾਦਾਂ ਨੇ, ਬਲਦਾਂ ਵਾਲੇ ਸੁਹਾਗੇ ਤੋਂ ਲੈ ਕੇ ਟੈਕਨੀਕਲ ਖੇਤੀ ਹੈ ਜਿਹੜੀ, ਉਹ ਅਸੀਂ ਅਤੇ ਸਾਡੇ ਪਰਿਵਾਰ ਨੇ ਕੀਤੀ ਹੈ ਅਤੇ ਹੁਣ ਵੀ ਮੌਜੂਦਾ ਕਰਦਾ। ਅਤੇ ਵੱਡੀ ਗੱਲ ਇਹ ਹੈ ਵੀ ਸਾਡੇ ਪਰਿਵਾਰ ਦੇ ਜਿਹੜੇ ਹੁਣ ਵੀ ਛੋਟੇ ਨਿਆਣੇ ਨੇ ਉਹ ਐਗਜੈਕਟ ਉੱਦਾਂ ਹੀ ਖੇਤਾਂ ਦੇ ਨਾਲ ਜੁੜੇ ਹੋਏ ਆ। ਆਈ ਥਿੰਕ ਬੰਦਾ ਜੋ ਹੈ ਉਹ ਪਿੰਡ 'ਚੋਂ ਨਿਕਲ ਕੇ ਸ਼ਹਿਰ 'ਚ ਵਸਦਾ ਰਹਿੰਦਾ ਹੈ, ਪਰ ਜੋ ਪਿੰਡ 'ਚ ਆ ਕੇ ਖੁਸ਼ੀ ਮਿਲਦੀ ਹੈ ਨਾ, ਜਾਂ ਜੋ ਇਸ ਜਗ੍ਹਾ 'ਤੇ ਬਹਿ ਕੇ ਖੁਸ਼ੀ ਮਿਲਦੀ ਹੈ, ਮੈਂ ਹੋਰ ਕਿਤੇ ਨਹੀਂ ਮਿਲਦੀ। ਮੈਂ ਕਹਿੰਦਾ ਤੁਹਾਡਾ ਦਿਲ ਹੈ ਜਿਹੜਾ ਉਹ ਪਿੰਡ 'ਚ ਰਹਿ ਜਾਂਦਾ। ਹੁਣ ਆਪਾਂ ਅੱਜ ਆਏ ਹਾਂ ਇੱਥੇ, ਮਤਲਬ ਮੈਂ ਪਹਿਲਾਂ ਫਾਰਮੈਟ ਦੇਖ ਕੇ ਮੇਰਾ ਦਿਲ ਇੰਨਾ ਬਾਗੋ ਬਾਗ ਹੋ ਗਿਆ, ਮੈਨੂੰ ਲੱਗਦਾ ਵੀ ਬਹੁਤ ਇੰਟਰਵਿਊਸ ਕੀਤੀਆਂ ਹੋਣਗੀਆਂ, ਪਰ ਆਹ ਜਿਹੜਾ ਅੱਜ ਦੀ ਇੰਟਰਵਿਊ ਹੈ ਇਹ ਖੇਤਾਂ 'ਚ ਹੈ, ਇਹ ਸਾਡਾ, ਕਿਉਂਕਿ ਕੋਈ ਨਾ ਕੋਈ ਆਪਾਂ ਸਾਰੇ ਪਿੱਛੇ ਬੈਕਗਰਾਊਂਡ ਸਾਡੀ ਖੇਤੀ ਹੀ ਹੈ, ਸ਼ਹਿਰਾਂ 'ਚ ਵੀ ਗਏ ਹਾਂ ਤਾਂ ਪਿੰਡਾਂ 'ਚੋਂ ਨਿਕਲ ਕੇ ਗਏ ਹਾਂ, ਤਾਂ ਇੱਕ ਅਲੱਗ ਜਿਹੀ ਖੁਸ਼ੀ ਹੁੰਦੀ ਹੈ, ਇੱਕ ਮਾਹੌਲ ਦੇਖੋ ਕਿੰਨਾ ਖੁੱਲ੍ਹਾ ਮਾਹੌਲ ਹੈ, ਹਵਾ ਚੱਲਦੀ ਹੈ, ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿੱਦਾਂ ਲੰਘ ਜਾਂਦਾ। ਸੋ ਮੈਨੂੰ ਲੱਗਦਾ ਵੀ ਕਣਕਾਂ ਸੁਨਹਿਰੀ ਨੇ ਜਦੋਂ ਉੱਤੋਂ ਜਹਾਜ਼ 'ਚੋਂ ਦੇਖੀਦਾ ਤਾਂ ਕਿਹਾ ਜਾਂਦਾ ਸੋਨੇ ਦੀ ਚਿੜੀ ਪੰਜਾਬ ਨੂੰ, ਤਾਂ ਵਾਕਈ ਲੱਗਦਾ ਵੀ ਹਾਂ ਯਾਰ ਸਾਡਾ ਪੰਜਾਬ ਹੈ ਜਿਹੜਾ ਉਹ ਸੋਨੇ ਦੀ ਚਿੜੀ ਹੈ, ਇੱਥੇ ਸੋਨਾ ਉੱਗਦਾ, ਕਿਉਂਕਿ ਤਾਂ ਕਰਕੇ ਸੋਨਾ ਉੱਗਦਾ, ਮੇਰੇ ਦੇਸ਼ ਦੀ ਮਿੱਟੀ ਸੋਨਾ ਉਗਲੇ, ਉਹ ਤਾਂ ਕਰਕੇ ਕਿਹਾ ਜਾਂਦਾ ਸੀ। ਕੋਈ ਸਮਾਂ ਹੁੰਦਾ ਸੀ ਇੱਕ ਮਣ ਕਣਕ 2 ਮਣ ਕਣਕ ਦਾ ਮੁੱਲ ਇੰਨਾ ਹੁੰਦਾ ਸੀ ਵੀ ਤੁਸੀਂ ਉਹਦੇ ਬੱਟੇ ਸੋਨਾ ਲੈ ਸਕਦੇ ਸੀ, ਤਾਂ ਕਰਕੇ ਇਹ ਗੀਤ ਬਣੇ ਨੇ, ਇਹ ਸੱਚਾਈ ਸੀ ਸਾਡੇ ਮੁਲਕ ਦੀ। ਹੁਣ ਵੀ ਕੁਛ ਨਹੀਂ ਬਦਲਿਆ, ਪਰ ਥੋੜ੍ਹਾ ਜਿਹਾ ਇਹ ਆ ਵੀ ਚਲੋ ਸਮਾਜਿਕ ਪਰਿਵਰਤਨ ਜਦੋਂ ਆਉਂਦਾ, ਟਾਈਮ ਸਮਾਂ ਬਦਲਦਾ, ਜਨਰੇਸ਼ਨ ਬਦਲਦੀ ਹੈ, ਤਾਂ ਚੇਂਜ ਲਾਜ਼ਮੀ ਹੈ ਤੁਹਾਡੀ ਜ਼ਿੰਦਗੀ 'ਚ ਹੋਣਾ। ਪਰ ਹੁਣ ਵੀ ਪਿੰਡਾਂ ਦੇ ਬਹੁਤ ਉਹ ਲੋਕ ਨੇ ਜਿਹੜੇ ਖੇਤੀ ਨਾਲ ਜੁੜੇ, ਆਪਣੇ ਸੱਭਿਆਚਾਰ ਨਾਲ ਜੁੜੇ ਆ। ਅੱਜ ਕੱਲ੍ਹ ਤਾਂ ਸਮਾਂ ਇਹ ਚੀਜ਼ਾਂ ਸਾਡੀਆਂ, ਇਹਨਾਂ ਦੀ ਵੈਲਿਊ ਪੈ ਗਈ, ਔਰਗੈਨਿਕ ਦੇ ਨਾਂ 'ਤੇ ਇਹ ਚੀਜ਼ਾਂ ਸਾਡੀਆਂ ਇੰਨੀਆਂ ਮਹਿੰਗੀਆਂ ਹੋ ਗਈਆਂ, ਜਿਹੜੀਆਂ ਅਸੀਂ ਆਮ ਹੀ ਗੰਨੇ ਟਰਾਲੀਆਂ 'ਚੋਂ ਖਿੱਚਦੇ ਸੀ, ਉਹ ਇੱਥੇ ਮੌਲਾਂ 'ਚ 100-150 ਰੁਪਏ ਦੇ ਲਾਏ ਹੋਏ ਆ, ਅਤੇ ਸਾਡੇ ਖੇਤ 'ਚ ਕੋਈ ਉੱਦਾਂ ਹੀ ਆ ਜਾਂਦਾ ਸੀ, ਲੈ ਵੀ 1/2 ਕਿਲੋ ਲੈ ਜਾ ਪੱਟ ਕੇ, ਗਾਜਰਾਂ ਲੈ ਜਾ, ਮੂਲੀਆਂ ਲੈ ਜਾ, ਗੰਨੇ ਲੈ ਜਾ ਟਰਾਲੀ 'ਚੋਂ ਕੱਢ ਕੇ। ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਪਿੰਡਾਂ ਨਾਲ, ਮਤਲਬ ਜੇ ਆਪਾਂ ਤੁਸੀਂ ਇਹ ਲੈ ਲਓ 2 ਦਿਨ ਵੀ ਪਿੰਡਾਂ 'ਤੇ ਬੋਲੀ ਜਾਈਏ ਤਾਂ ਵੀ ਸਾਡੇ ਕੋਲ ਚੀਜ਼ਾਂ ਘੱਟ ਪੈ ਜਾਣਗੀਆਂ। ਹਰ ਕਿਸਾਨ ਦੀ ਲਾਈਫ 'ਚ ਨਾ ਵਿਸਾਖੀ ਦੇ ਤਿਉਹਾਰ ਦੀ ਬਹੁਤ ਅਹਿਮੀਅਤ ਹੁੰਦੀ ਹੈ, ਹੈ ਨਾ, ਅਤੇ ਤੁਹਾਡੀ ਲਾਈਫ 'ਚ ਵਿਸਾਖੀ ਦੇ ਕੀ ਮਾਇਨੇ ਨੇ, ਐਂਡ ਤੁਸੀਂ ਕਿਵੇਂ ਸੈਲੀਬ੍ਰੇਟ ਕਰਦੇ ਹੋ ਇਹ ਤਿਉਹਾਰ? ਤੁਹਾਡੇ ਕੁਐਸਚਨ ਦਾ ਜਵਾਬ ਮੈਂ ਫਿਰ ਦਿੰਦਾ, ਵਿਸਾਖੀ ਸਾਡਾ ਬੜਾ ਮਹੱਤਵ ਰੱਖਦਾ ਸਾਡੇ ਧਰਮ 'ਚ ਵੀ ਅਤੇ ਸਾਡੇ ਕਿਸਾਨਾਂ ਲਈ ਵੀ, ਪਰ ਆਪਾਂ ਪਹਿਲਾਂ ਚਾਹ ਪੀਂਦੇ ਹਾਂ ਪਿੰਡ। ਤੁਸੀਂ ਗੱਲ ਕੀਤੀ ਸੀ ਵਿਸਾਖੀ ਦੀ ਜੀ, ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ, 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਤੋਂ ਫਿਰ ਜਾਤਾਂ ਪਾਤਾਂ ਨੂੰ ਦੁਨੀਆ 'ਚ ਮਿਟਾਇਆ ਵੀ ਕੁਛ ਨਹੀਂ ਹੈਗਾ, ਇਨਸਾਨੀਅਤ ਦਾ ਜਿਹੜਾ ਸਭ ਤੋਂ ਵੱਡਾ ਧਰਮ ਹੈ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ, ਉਹ ਬਹੁਤ ਵੱਡੀ ਮਿਸਾਲ ਹੈ ਸਾਡੇ ਲਈ। ਉੱਥੇ ਅਨੰਦਪੁਰ ਸਾਹਿਬ ਬਹੁਤ ਵੱਡਾ ਹੋਲਾ ਮਹੱਲਾ ਮਨਾਇਆ ਜਾਂਦਾ, 10 ਦਿਨ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ, ਪਿੰਡਾਂ 'ਚੋਂ ਲੰਗਰ ਜਾਂਦੇ ਆ, ਟਰਾਲੀਆਂ ਜਾਂਦੀਆਂ ਨੇ,
ਸੋ ਬਚਪਨ 'ਚ ਮੌਕਾ ਮਿਲਿਆ ਸਾਡੇ ਪਿੰਡੋਂ ਟਰਾਲੀ ਜਾਂਦੀ ਹੁੰਦੀ ਸੀ ਅਸੀਂ ਮੈਂ ਇੱਕ ਵਾਰੀ ਗਿਆ ਛੋਟਾ ਹੁੰਦਾ ਕਾਫੀ ਛੋਟਾ ਸੀ ਆਈ ਥਿੰਕ 12-13 ਸਾਲ ਦਾ ਹੋਊਗਾ ਉਦੋਂ ਮੈਂ ਪਹਿਲਾਂ ਕੀ ਹੁੰਦਾ ਸੀ ਵਿਸਾਖੀ ਇੱਕ ਉਹਦਾ ਚਿੰਨ੍ਹ ਹੁੰਦਾ ਸੀ ਕਿ ਵਿਸਾਖੀ ਜਿੱਦਣ 13 April ਵਾਲੇ ਦਿਨ ਤੁਹਾਡੀਆਂ ਕਣਕਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਸੀ ਅਤੇ ਉਹ ਖੇਤਾਂ 'ਚ ਸੈਲੀਬ੍ਰਿਟੀ ਕਰਦੇ ਸੀ ਘਰੋਂ ਜਦੋਂ ਕਣਕ ਨੂੰ ਦਾਤੀ ਲੱਗਣੀ ਤਾਂ ਦੇਗ ਬਣਾ ਕੇ ਘਰੋਂ ਲੈ ਕੇ ਜਾਂਦੇ ਹੁੰਦੇ ਸੀ ਮੈਨੂੰ ਚੇਤੇ ਆ ਹੁਣ ਤਾਂ ਚਲੋ ਇਹ ਰਿਵਾਜ਼ ਘੱਟ ਗਏ ਪਿੰਡਾਂ 'ਚੋਂ ਮਸ਼ੀਨ ਬਾਹਰੋਂ ਬਾਰੀ ਖੇਤ ਵੱਢੇ ਹੁੰਦੀ ਆ ਪਰ ਪਹਿਲਾਂ ਰਸਮੋਂ ਰਿਵਾਜ਼ ਨਾਲ ਸਭ ਕੁਛ ਕਰਦੇ ਹੁੰਦੇ ਸੀ ਜਿਹਨੇ ਵੀ ਬੰਦੇ ਲੱਗਣੇ ਉਹਨਾਂ ਲਈ ਗੁੜ ਲੈ ਜਾਣਾ ਵੀ ਹਾਂ ਇਹ ਅੱਜ ਅਸੀਂ ਸਾਡੀ ਫਸਲ ਹੈ ਮੈਨੂੰ ਲੱਗਦਾ ਜ਼ਿਮੀਂਦਾਰ ਦਾ ਬਹੁਤ ਵੱਡਾ ਦਿਲ ਹੁੰਦਾ ਇਹਨਾਂ ਦਿਨਾਂ 'ਚ ਮੌਸਮ ਵੀ ਖਰਾਬ ਹੁੰਦਾ ਮੀਂਹ ਹਨੇਰੀਆਂ ਆਉਂਦੀਆਂ ਨੇ ਤਾਂ ਉਹ ਇੱਕ ਵਾਰੀ ਫਸਲ ਬੀਜ ਕੇ ਛੱਡ ਦਿੰਦਾ ਅਸਮਾਨ ਰੱਬ ਦੇ ਆਸਰੇ ਛੱਡ ਦਿੰਦਾ ਵੀ ਹੁਣ ਤੇਰੀ ਹੈ ਮੈਨੂੰ ਨਹੀਂ ਲੱਗਦਾ ਵੀ ਉਦੋਂ ਵੱਡਾ ਜਿਗਰਾ ਕਿਸੇ ਦਾ ਹੁੰਦਾ ਤਾਂ ਫਿਰ ਜਦੋਂ ਫਸਲ ਆਉਂਦੀ ਹੈ ਉਹਦੇ 'ਤੇ ਉਹਦੇ ਪਰਿਵਾਰ ਦਾ ਸਭ ਕੁਛ ਡਿਪੈਂਡ ਹੁੰਦਾ ਉਹਦੇ ਉਹਦਾ ਇੱਕ ਬਜਟ ਡਿਪੈਂਡ ਹੁੰਦਾ ਉਹਨੇ ਆਪਦੇ ਜਾਨਵਰਾਂ ਲਈ ਵੀ ਸੈਟਅਪ ਉਹਦੇ 'ਚ ਵੀ ਕਰਨਾ ਹੁੰਦਾ ਪਰਿਵਾਰ ਲਈ ਵੀ ਬੱਚਿਆਂ ਲਈ ਵੀ ਮੋਸਟਲੀ ਪੰਜਾਬ ਦੇ ਲੋਕ ਨੇ ਜਿਹੜੇ ਖੇਤੀ ਨਾਲ ਪੰਜਾਬ ਹਰਿਆਣਾ ਬੈਲਟ ਆ ਜਿਹੜੀ ਉਹ ਖੇਤੀ ਨਾਲ ਜੁੜੀ ਹੋਈ ਹੈ ਸੋ ਫਾਈਨੈਂਸ਼ਲੀ ਵੀ ਬਹੁਤ ਕੁਛ ਡਿਪੈਂਡ ਕਰਦਾ ਤਾਂ ਚਾਹ ਹੁੰਦਾ ਵੀ ਫਸਲ ਘਰ ਆਊਗੀ ਜ਼ਿਮੀਂਦਾਰ ਨੂੰ ਇਹ ਹੁੰਦਾ ਵੀ ਕੋਈ ਚੀਜ਼ ਸੰਦ ਬਣਾਵਾਂਗੇ ਪਹਿਲਾਂ ਤਾਂ ਇਹੀ ਹੁੰਦਾ ਸੀ ਵੀ ਫਸਲ ਚੰਗੀ ਹੋਈ ਹੈ ਕੋਈ ਜਿਹਦੀ ਵਾਹਲੀ ਚੰਗੀ ਹੋਈ ਹੈ ਉਹਨੇ ਨਾਲ ਦਾ ਕੋਈ ਜ਼ਮੀਨ ਖੱਤਾ ਖਰੀਦ ਲਿਆ ਜਾਂ ਕੋਈ ਨਵਾਂ ਟਰੈਕਟਰ ਲੈ ਆਉਂਦਾ ਜਾਂ ਕੋਈ ਟਰਾਲੀ ਬਣਾ ਲਈ ਜਾਂ ਕੋਈ ਸੰਦ ਬਣਾ ਲਿਆ ਸੁਹਾਗਾ ਲੈ ਲਿਆ ਹਲ ਲੈ ਲਿਆ ਤੁਸੀਂ ਜਿਵੇਂ ਵਿੱਚ ਕਿਹਾ ਕਿ ਮੀਂਹ ਪੈ ਜਾਂਦਾ ਹੈ ਫਸਲਾਂ ਖਰਾਬ ਹੋ ਜਾਂਦੀਆਂ ਨੇ ਅਤੇ ਬਹੁਤ ਵਾਰੀ ਇੱਦਾਂ ਹੁੰਦਾ ਹੈ ਕਿ ਫਸਲਾਂ ਖਰਾਬ ਹੋ ਜਾਂਦੀਆਂ ਮੀਂਹ ਕਰਕੇ ਵੈਦਰ ਚੇਂਜ ਕਰਕੇ ਬਟ ਇੱਕ ਕਿਸਾਨ ਜੋ ਹੈ ਉਹ ਕਦੇ ਵੀ ਕਿਸਾਨੀ ਕਰਨ ਤੋਂ ਪਿੱਛੇ ਨਹੀਂ ਹਟਦਾ ਸੋ ਉਹਦੇ ਪਿੱਛੇ ਕੀ ਨਜ਼ਰੀਆ ਆਉਂਦੀ ਕਿਉਂਕਿ ਜੇ ਇੰਨਾ ਜ਼ਿਆਦਾ ਲੋਸ ਹੋ ਜਾਂਦਾ ਹੈ ਨਾਲੇ ਇੰਨੀ ਬਹੁਤੀ ਜ਼ਿਆਦਾ ਕਮਾਈ ਵੀ ਨਹੀਂ ਹੁੰਦੀ ਕਿਸਾਨੀ ਵਿੱਚ ਹੈ ਨਾ ਸੋ ਉਹਦੇ ਪਿੱਛੇ ਕੀ ਨਜ਼ਰੀਆ ਆਉਂਦਾ ਹੈ ਕਿਸਾਨ ਦਾ ਕਿ ਮੈਂ ਖੇਤੀ ਕਰਨੀ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਆਪਸ਼ਨ ਨਹੀਂ ਵੀ ਸਾਡੇ ਕੋਲ ਕੁਛ ਸਪੋਜ਼ ਕਰੋ ਵੀ ਮੇਰੀ ਮੈਂ ਜ਼ਮੀਨ ਹੈ ਮੇਰੀ ਅਤੇ ਉਹਦੇ 'ਤੇ ਗੜੇ ਪੈ ਗਏ ਨਹੀਂ ਕਣਕ ਆਈ ਤਾਂ ਮੇਰੇ ਕੋਲ ਕੋਈ ਚਾਰਾ ਨਹੀਂ ਹੈਗਾ ਮੈਨੂੰ ਦੁਬਾਰੇ ਉਹਦੇ 'ਤੇ ਜੀਰੀ ਬੀਜਣੀ ਹੀ ਪਊਗੀ ਜਾਂ ਦੁਬਾਰੇ ਕਣਕ ਬੀਜਣੀ ਹੀ ਪਊਗੀ ਕੋਈ ਮੈਂ ਹੋਰ ਕੰਮ ਨਹੀਂ ਕਰ ਸਕਦਾ ਪਿਤਾ ਪੁਰਖ ਹੀ ਕੀਤਾ ਸਾਡਾ ਦੂਜੀ ਗੱਲ ਇਹ ਹੈ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਸਾਡਿਆਂ ਪਰਿਵਾਰਾਂ 'ਚ ਕਿਸਾਨਾਂ ਨੇ ਨਾਲ ਮੱਝਾਂ ਵੀ ਰੱਖੀਆਂ ਨੇ ਜਾਂ ਜੁਆਇੰਟ ਫੈਮਲੀਆਂ ਨੇ ਸੋ ਇੰਨੇ ਜਿਹੜੇ ਦਾਣੇ ਨੇ ਅਸੀਂ ਮੁੱਲ ਨਹੀਂ ਲੈ ਸਕਦੇ ਇਹ ਸਾਡੇ ਘਰ ਦੀ ਹੈ ਖਾਣ ਜੋਗੇ ਬੰਦਾ ਕਹਿੰਦਾ ਵੀ ਖਾਣ ਜੋਗੇ ਤਾਂ ਹੋ ਹੀ ਜਾਣਗੇ ਅੱਜ ਜਿਹੜੇ ਸਾਡੇ ਬਜ਼ੁਰਗ ਪੁਰਾਣਿਆਂ ਸਮਿਆਂ 'ਚ ਕਰਦੇ ਹੁੰਦੇ ਸੀ ਵੀ ਇਕੱਲੀ ਕਣਕ ਨਹੀਂ ਕਣਕ ਦੇ ਨਾਲ ਤੁਸੀਂ ਸਬਜ਼ੀ ਵੀ ਲਾ ਲਓ ਖਾਣ ਜੋਗੀ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਵੱਟਾਂ 'ਤੇ ਸਬਜ਼ੀ ਲਾ ਲਓ ਅੱਜ ਕੱਲ੍ਹ ਉਹਨਾਂ ਚੀਜ਼ਾਂ 'ਚੋਂ ਪ੍ਰੋਫਿਟ ਜ਼ਿਆਦਾ ਆ ਨਾ ਕਿ ਕਣਕ ਅਤੇ ਜੀਰੀ 'ਚੋਂ ਜ਼ਿਮੀਂਦਾਰ ਦਾ ਇੱਕ ਬਹੁਤ ਵੱਡਾ ਦਿਲ ਹੁੰਦਾ ਖੇਤੀ ਤੋਂ ਬਿਨਾਂ ਇਮੋਸ਼ਨਲੀ ਅਸੀਂ ਖੇਤਾਂ ਦੇ ਨਾਲ ਜੁੜੇ ਹਾਂ ਸੋ ਸਾਡਾ ਪਿਤਾ ਪੁਰਖੀ ਧੰਦਾ ਸਾਡੇ ਬਜ਼ੁਰਗ ਕਰਦੇ ਆਏ ਹੈ ਤਾਂ ਕਰਕੇ ਸਾਡਾ ਦਿਲ ਇਹ ਹੁੰਦਾ ਵੀ ਨਹੀਂ ਯਾਰ ਅਸੀਂ ਬੀਜਾਂਗੇ ਬੀਜਾਂਗੇ ਕਰਾਂਗੇ ਇੱਕ ਨਾ ਚੀਜ਼ ਮੈਂ ਪੁੱਛਣਾ ਚਾਹੁੰਦੀ ਸੀ ਤੁਹਾਨੂੰ ਕਿ ਔਰਤਾਂ ਵੀ ਜੋ ਨੇ ਉਹ ਕਿਸਾਨੀ ਕਰਦੀਆਂ ਨੇ ਖੇਤੀ ਕਰਦੀਆਂ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ ਖੇਤੀ 'ਚ ਹੈ ਨਾ ਪਰ ਜੇ ਆਪਾਂ ਕਿਸਾਨ ਦੀ ਗੱਲ ਕਰੀਏ ਤਾਂ ਦਿਮਾਗ 'ਚ ਉਹ ਵਰਡ ਸੁਣਦਿਆਂ ਇੱਕ ਬੰਦੇ ਦੀ ਇਮੇਜ ਹੀ ਨਜ਼ਰ ਆਉਂਦੀ ਹੈ ਇੱਦਾਂ ਕਿਉਂ ਜਿੱਦਾਂ ਨਾ ਇਹ ਸਾਡਾ ਜਿਹੜਾ ਸਮਾਜ ਹੈ ਸ਼ੁਰੂ ਤੋਂ ਮਰਦ ਪ੍ਰਧਾਨ ਰਿਹਾ ਇਹ ਸੱਚ ਹੈ ਬਟ ਅੱਜ ਉਹ ਗੱਲ ਨਹੀਂ ਹੈਗੀ ਮੇਰੀਆਂ ਖੁਦ ਦੀਆਂ ਸਿਸਟਰਸ ਨੇ ਉਹ ਬਾਹਰ ਪੜ੍ਹਦੀਆਂ ਨੇ ਕੰਮ ਵੀ ਕਰਦੀਆਂ ਨੇ ਸੈਲਫ ਡਿਪੈਂਡੈਂਟ ਨੇ ਆਪ ਨੇ ਇੰਡੀਪੈਂਡੈਂਟ ਨੇ ਉਹ ਕੀ ਹੁੰਦਾ ਕਿ ਪਹਿਲਾਂ ਪੜਦਾ ਹੁੰਦਾ ਸੀ ਤੁਸੀਂ ਦੇਖਿਆ ਹੋਣਾ ਵੀ ਘੁੰਡ ਕੱਢਦੀਆਂ ਹੁੰਦੀਆਂ ਸੀ ਔਰਤਾਂ ਨਾ ਕਿਸੇ ਸਿਆਣੇ ਨੂੰ ਦੇਖ ਕੇ ਜਾਂ ਵੱਡੇ ਨੂੰ ਦੇਖ ਕੇ ਸੋ ਉਹ ਬੰਦਿਆਂ ਦੀ ਧਾਰਨਾ ਹੁੰਦੀ ਸੀ ਵੀ ਸਾਡੇ ਘਰ ਦੀ ਜਿਹੜੀ ਔਰਤ ਹੈ ਉਹ ਬਾਹਰ ਖੇਤਾਂ 'ਚ ਨਾ ਜਾਵੇ ਪਰ ਇੱਦਾਂ ਨਹੀਂ ਹੁੰਦਾ ਸੀ ਵੀ ਉਹਦੇ 'ਤੇ ਕੋਈ ਪਾਬੰਦੀ ਹੁੰਦੀ ਸੀ ਜਿਵੇਂ ਹੁਣ ਅਸੀਂ ਖੇਤਾਂ 'ਚ ਕੰਮ ਕਰਦੇ ਸੀ ਸਾਡੀ ਮਾਤਾ ਕਈ ਵਾਰੀ ਚਾਹ ਲੈ ਕੇ ਆਉਂਦੀ ਸੀ ਪਿੱਛੋਂ ਰੋਟੀ ਲੈ ਕੇ ਆਉਂਦੀ ਸੀ ਜਾਂ ਸਪੋਜ਼ ਕਰੋ ਵੀ ਨਹੀਂ ਕੋਈ ਘਰ ਹੈਗਾ ਹੈ ਨਾ ਤਾਂ ਮੋਟਰ ਚਲਾਉਣੀ ਆ ਜਿਵੇਂ ਆਹ ਘਰ ਹੈ ਸਾਹਮਣੇ ਤਾਂ ਉਹ ਦੱਬ ਦਿੰਦੀਆਂ ਸੀ ਸੋਚ ਮਤਲਬ ਔਰਤ ਦਾ ਜੇ ਮੈਂ ਕਹਿ ਦਵਾਂ ਬੰਦੇ ਨਾਲੋਂ ਬਰਾਬਰ ਹੀ ਯੋਗਦਾਨ ਰਿਹਾ ਜਿੰਨਾ ਚਿਰ ਖੇਤ 'ਚ ਕੰਬਾਈਨ ਚੱਲਦੀ ਹੈ ਜਾਂ ਕਣਕ ਵੱਢਣ ਜੀਰੀ ਵੱਢਣ ਬੰਦੇ ਲੱਗੇ ਹੋਏ ਆ ਮੰਨ ਲਓ ਵੀ ਅੱਜ ਕੰਬਾਈਨ ਲੱਗੀ ਹੈ ਚਾਹੇ 12 ਰਾਤ ਦੇ ਚਾਹੇ 1 ਔਰਤ ਹੈ ਜਿਹੜੀ ਘਰੇ ਜਦ ਤੱਕ ਟਰਾਲੀ ਆਊ ਨਹੀਂ ਉਹ ਜਾਗਦੀ ਹੀ ਹੋਊਗੀ ਉਹਨੇ ਬਾਰ ਖੋਲ੍ਹਣਾ ਉਹਨੇ ਘਰੇ ਢੋਲ ਖਾਲੀ ਕਰਵਾ ਦੇਣੇ ਆ ਜਿਹਨਾਂ 'ਚ ਕਣਕ ਸਟੋਰ ਕਰਕੇ ਰੱਖਣੀ ਹੈ
ਉਹਨੇ ਉਹਦੇ ਵਿੱਚ ਕਣਕ ਦੇ ਵਿੱਚ ਮਤਲਬ ਬਹੁਤ ਕੰਮ ਹੁੰਦੇ ਆ, ਢੋਲਾਂ ਦੇ ਵਿੱਚ ਦਵਾਈਆਂ ਪੈਂਦੀਆਂ ਨੇ ਵੀ ਫਸਲ ਇਹਦੇ 'ਚ ਖਰਾਬ ਨਾ ਹੋਵੇ, ਪੱਲੀਆਂ ਧੋ ਦੇਣੀਆਂ ਜਦੋਂ ਫਸਲ ਆਉਣੀ ਕੱਢ ਕੇ, ਤਰਪਾਲਾਂ ਧੋ ਦੇਣੀਆਂ। ਸੋ ਔਰਤਾਂ ਦਾ ਵੀ ਉਨਾ ਬਰਾਬਰ ਦਾ ਹੀ ਯੋਗਦਾਨ ਰਿਹਾ ਖੇਤੀ ਦੇ ਵਿੱਚ ਜਿੰਨਾ ਕਿ ਮਰਦਾਂ ਦਾ। ਹਾਂ, ਉਹ ਗੱਲ ਵੱਖ ਹੈ ਵੀ ਸਮਾਜ ਨੇ ਖੁੱਲ੍ਹ ਕੇ ਐਕਸੈਪਟ ਨਹੀਂ ਕੀਤਾ। ਮੈਂ ਬਹੁਤ ਹੁਣ ਦੇਖੇ ਆ ਔਰਤਾਂ ਯੂਟਿਊਬ 'ਤੇ ਵੀਡੀਓਜ਼ ਦੇਖੇ ਆ ਵੀ ਕਈ ਟਰੈਕਟਰ ਵੀ ਚਲਾਉਂਦੀਆਂ ਨੇ, ਆਪ ਖੇਤ ਵੀ ਵਾਹੁੰਦੀਆਂ ਨੇ। ਸੋ ਚੰਗੀ ਗੱਲ ਹੈ ਜੀ। ਬਾਕੀ ਦੀਆਂ ਗੱਲਾਂ ਆਪਾਂ ਘੁੰਮਦੇ ਘੁੰਮਦੇ ਕਰੀਏ। ਹਾਂ ਜ਼ਰੂਰ ਆਓ, ਤੁਹਾਨੂੰ ਖੇਤ ਦਿਖਾਉਂਦੇ ਹਾਂ। ਇਹਨੂੰ ਬਰਸਨ ਕਹਿੰਦੇ ਆ ਜੀ, ਅਲੱਗ ਅਲੱਗ ਏਰੀਆ 'ਚ ਇਹਦੇ ਅਲੱਗ ਅਲੱਗ ਨਾਂ ਨੇ। ਕੋਈ ਨੀਰਾ ਕਹਿ ਦਿੰਦਾ, ਹਰਾ ਕਹਿ ਦਿੰਦਾ, ਪੱਠੇ ਕਹਿ ਦਿੰਦੇ ਆ, ਕੱਖ ਕਹਿ ਦਿੰਦੇ ਆ, ਮਤਲਬ ਹਰ ਇੱਕ ਏਰੀਏ ਦਾ ਆਪਣਾ ਨਾਂ ਹੈ। ਆਓ, ਇਹ ਹੈਗੀ ਆ ਵਾਢਾਂ ਵਾਲੀ ਬਰਸੀਨ। ਅੱਛਾ ਜੀ, ਅਸੀਂ ਇਹਨੂੰ ਬਰਸੀਨ ਕਹਿੰਦੇ ਹਾਂ ਸਾਡਾ ਏਰੀਆ। ਅਤੇ ਖਾਸ ਗੱਲ ਹੁਣ ਤੁਸੀਂ ਸੋਚਦੇ ਹੋਗੇ ਵੀ ਇਹਨੂੰ ਆਪਾਂ ਇਹਦਾ ਕੀ ਕਰਨਾ ਜਾਂ ਕਿਵੇਂ, ਇਹਨੂੰ ਹੁਣ ਆਪਾਂ ਵੱਢਾਂਗੇ। ਇਹ ਸਾਡੀਆਂ ਮੈਸਾਂ ਦਾ ਚਾਰਾ ਹੈ, ਜਿਹਨੂੰ ਕਹਿ ਦਈਏ ਪੀਜ਼ਾ ਹੈ ਸਾਡੀਆਂ ਮੱਝਾਂ ਦਾ ਇਹ। ਸੋ ਇੱਥੇ ਕਿਤੇ ਬਾੜ 'ਚ ਦਾਤੀ ਪਈ ਹੋਊਗੀ। ਬਾੜ ਇਨ ਦਾ ਸੈਂਸ ਵੀ ਜਿਵੇਂ ਹੁਣ ਜਿਹੜਾ ਜ਼ਿਮੀਂਦਾਰ ਮੰਨ ਲਓ ਵੀ ਕੱਖ ਵੱਢ ਕੇ ਗਿਆ ਤਾਂ ਉਹ ਹੁਣ ਦਾਤੀ ਨਹੀਂ ਘਰੇ ਲੈ ਕੇ ਜਾਂਦਾ, ਤਾਂ ਉਹ ਫਿਰ ਇੱਥੇ ਬਰਸੀਨ ਦੇ ਵਿੱਚ ਹੀ ਲੁਕੋ ਦਿੰਦਾ। ਤੁਸੀਂ ਦੇਖੋ ਟਰਾਈ ਕਰਕੇ ਕਿਤੇ ਇੱਥੇ ਨਾ ਇਹਦੇ ਵਿੱਚ ਆਹ ਪਈ ਹੈ ਜੀ, ਇਹਨੂੰ ਕਹਿੰਦੇ ਦਾਤੀ। ਅੱਛਾ ਜੀ ਜੀ, ਇੱਕ ਹੁੰਦਾ ਦਾਤ ਤੇ ਇਹ ਹੈਗੀ ਆ ਦਾਤੀ। ਲਓ ਭਾਜੀ ਵੀ ਆ ਗਏ। ਸਤਿ ਸ਼੍ਰੀ ਅਕਾਲ ਬਾਈ ਜੀ। ਵਾਹ ਜੀ ਵਾਹ, ਲਓ ਜੀ ਬਾਈ ਜੀ ਵੀ ਆ ਗਏ। ਹੋਰ ਬਾਈ ਜੀ ਠੀਕ ਹੋ? ਬਹੁਤ ਪਰਿਵਾਰ ਚੜ੍ਹਦੀ ਗੱਲ ਆ ਬਾਈ ਜੀ, ਤੁਸੀਂ ਦੱਸੋ ਕਿੱਦਾਂ ਘਰ ਪਰਿਵਾਰ? ਸਭ ਵਧੀਆ ਬਾਈ ਜੀ, ਵਧੀਆ। ਬਾਈ ਜੀ ਮੈਂ ਤੁਹਾਤੋਂ ਇੱਕ ਸਵਾਲ ਪੁੱਛਦਾ ਹੈ ਵੀ ਤੁਸੀਂ ਵੀ ਨੌਜਵਾਨ ਹੋ, ਤੁਸੀਂ ਖੇਤੀ ਕਰਦੇ ਹੋ, ਤੁਹਾਨੂੰ ਕੀ ਲੱਗਦਾ ਵੀ ਜਿਹੜੀ ਜਿਹੜੇ ਸਾਡੇ ਬਜ਼ੁਰਗਾਂ ਨੇ ਬਲਦਾਂ ਤੋਂ ਜਿਹੜਾ ਕੰਮ ਸ਼ੁਰੂ ਕੀਤਾ ਸੀ, ਸੁਹਾਗਿਆਂ ਵਾਲੀ ਬਲਦਾਂ ਨਾਲ ਸੁਹਾਗੇ ਜਾਂ ਹਲ ਵਾਹੁੰਦੇ ਸੀ, ਖੇਤੀ ਕਰਦੇ ਸੀ, ਅਤੇ ਅੱਜ ਬੂਫਰਾਂ ਵਾਲੇ ਟਰੈਕਟਰ ਤੱਕ ਖੇਤੀ ਸਾਡੀ ਪਹੁੰਚ ਚੁੱਕੀ ਹੈ, ਏਸੀ ਟਰੈਕਟਰਾਂ ਤੱਕ ਖੇਤੀ ਪਹੁੰਚ ਚੁੱਕੀ ਹੈ, ਇਹਦੇ ਵਿੱਚ ਡਿਫਰੈਂਸ ਤੁਹਾਨੂੰ ਕੀ ਲੱਗਦਾ ਵੀ ਬਲਦਾਂ ਵਾਲੀ ਜਿਹੜਾ ਟਾਈਮ ਸੀ ਖੇਤੀ ਉਹ ਚੰਗੀ ਸੀ, ਜਾਂ ਅੱਜ ਦੀ ਜਿਹੜੀ ਬੂਫਰਾਂ ਵਾਲੇ ਟਰੈਕਟਰ ਨੇ, ਮੁੰਡਿਆਂ ਨੇ ਬਹੁਤ ਟੌਪ ਟੌਪ ਦੇ ਟਰੈਕਟਰ, ਟਰਾਲੀਆਂ ਡਬਲ ਡਬਲ ਟਾਇਰਾਂ ਵਾਲੀਆਂ, ਇਹਦੇ 'ਚ ਤੁਹਾਨੂੰ ਡਿਫਰੈਂਸ ਕੀ ਲੱਗਦਾ? ਡਿਫਰੈਂਸ ਤਾਂ ਬਾਈ ਜੀ, ਜੇ ਆਪਾਂ ਉਸ ਜ਼ਮਾਨੇ ਦੀ ਗੱਲ ਕਰੀਏ ਨਾ, ਜਿਵੇਂ ਆਪਣੇ ਬਜ਼ੁਰਗ ਸੀ ਜੀ, ਉਹ ਵੀ ਖੇਤੀਬਾੜੀ ਕਰਦੇ ਸੀ, ਬਹੁਤ ਉਹਦੇ 'ਚ ਮਿਹਨਤ ਵਾਲੀ ਸੀ, ਮਿਹਨਤ ਬਹੁਤ ਕਰਦੇ ਸੀ ਜੀ, ਜਿਵੇਂ ਇੱਕ ਇੱਕ ਕਿੱਲੇ ਨੂੰ ਵਾਹਣ ਲਈ ਤਿੰਨ ਤਿੰਨ ਦਿਨ ਵੀ ਲੱਗ ਜਾਂਦੇ ਸੀ, ਮਿਹਨਤ ਵਾਲੀ ਸੀ ਅਤੇ ਪਰ ਉਦੋਂ ਤੋਂ ਲੈ ਕੇ ਜੇ ਆਪਾਂ ਅੱਜ ਦੇ ਜ਼ਮਾਨੇ ਤੱਕ ਪਹੁੰਚੀਏ, ਟਰੈਕਟਰਾਂ ਵਾਲੀ ਜਾਂ ਵੱਡੇ ਵੱਡੇ ਸੁਹਾਗੇ ਰੂਟਾਵੀਟਰ, ਬਹੁਤ ਸੰਦਾ ਤਾਂ ਬਹੁਤ ਹੋ ਗਿਆ ਜੀ, ਪਰ ਇਹਦੇ 'ਚ ਟਾਈਮ ਦੀ ਤਾਂ ਬੱਚਤ ਬਹੁਤ ਹੈ ਜੀ, ਪਰ ਉਸ ਜ਼ਮਾਨੇ ਦੇ ਵਿੱਚ ਸੇਵਿੰਗ ਬਜ਼ੁਰਗ ਵਾਲੇ ਕਰ ਲੈਂਦੇ ਸੀ ਮਿਹਨਤ ਕਰਕੇ, ਪਰ ਉਸ ਆਧੁਨਿਕ ਤਰੀਕੇ ਦੇ ਨਾਲ ਆਪਾਂ ਟਾਈਮ ਦੀ ਤਾਂ ਬੱਚਤ ਕਰ ਰਹੇ ਹਾਂ, ਪਰ ਉਹਦੇ ਨਾਲ ਸਾਡਾ ਕਮਾਈ ਦਾ ਸਾਧਨ ਦੇਖੋ ਦੇਖੀ ਸ਼ੌਂਕ ਪੂਰੇ ਕਰਦੇ, ਉਹ ਮੇਰੇ ਤਾਏ ਦੇ ਇਹ ਹੋ ਗਿਆ, ਮਤਲਬ ਤੁਹਾਡੇ ਕਹਿਣ ਦਾ ਭਾਵ ਇਹ ਆ ਵੀ ਜੱਟਾਂ ਨੇ ਜ਼ਿਮੀਂਦਾਰਾਂ ਨੇ ਰਿਸੋਰਸ ਜਿਹੜੇ ਆਪਦੇ ਖਰਚੇ ਉਹ ਖਰਚੇ ਉਹ ਵੱਧ ਗਏ ਨੇ, ਤਾਂ ਬਰਸੀਨ ਵੱਢ ਕੇ ਦਿਖਾਈਏ ਹੁਣ? ਹਾਂ ਬਿਲਕੁਲ, ਮੈਨੂੰ ਵੱਢਣੀ ਵੀ ਸਿਖਾਓ। ਆ ਜਾਓ, ਜਿਵੇਂ ਮੈਂ ਲੈਫਟੀ ਹਾਂ ਤੁਸੀਂ ਇਹ, ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ। ਮੈਂ ਜਦੋਂ ਕਿਤੇ ਸ਼ੋਅ ਲਾਉਣ ਵੀ ਜਾਣਾ, ਮੇਰੇ ਸਾਥੀ ਨੇ ਜਿਹੜੇ ਨਾਲ ਦੇ ਦੋਸਤ ਮੇਰੇ, ਮੈਂ ਉਹਨਾਂ ਨੂੰ ਵੀ ਜਿਵੇਂ ਖੇਤ 'ਚ ਕੋਈ ਹਰਾ ਵੱਢਦਾ ਹੋਊਗਾ, ਮੇਰਾ ਇੰਨਾ ਚਿੱਤ ਕਰਨਾ ਵੀ ਯਾਰ ਗੱਡੀ ਰੋਕ ਆਪਾਂ ਹਰਾ ਵੱਢੀਏ। ਦੋ ਤਿੰਨ ਵਾਰੀ ਤਾਂ ਮੈਂ ਪਿੰਡ ਸਪੈਸ਼ਲ ਇਸੇ ਕਰਕੇ ਗਿਆ ਵੀ ਯਾਰ ਹਰਾ ਵੱਢ ਕੇ ਆਉਣਾ, ਬਹੁਤ ਚਿੱਤ ਕਰਦਾ। ਇੱਕ ਚੀਜ਼ ਤੁਹਾਨੂੰ ਹੋਰ ਇੰਟਰਸਟਿੰਗ ਦੱਸਦਾ, ਜਦੋਂ ਤੱਕ ਮੈਂ ਹਰਾ ਵੱਢਦਾ ਇੱਥੋਂ ਨਾ ਤੁਹਾਨੂੰ ਮੈਂ ਇੱਕ ਪੀਪਣੀ ਬਣਾ ਕੇ ਦਿਖਾਉਣਾ। ਠੀਕ ਆ ਜੀ, ਜਿਵੇਂ ਮੈਂ ਸਪੋਜ਼ ਕਰੋ ਵੀ ਟਾਂਡਾ ਤੋੜ ਲਿਆ ਇਹਦੇ ਚੋਂ, ਮੈਂ ਤੁਹਾਨੂੰ ਇਹਦੀ ਪੀਪਣੀ ਵਜਾ ਕੇ ਦਿਖਾਉਣਾ ਵੀ ਕਿਵੇਂ ਬਣਦੀ ਹੈ। ਜਦੋਂ ਖੇਤ 'ਚ ਵੀ ਰੋਟੀ ਲੈ ਕੇ ਸਾਡੇ ਘਰ ਦੇ ਆਉਂਦੇ ਸੀ ਤਾਂ ਅਸੀਂ ਕੀ ਕਰਨਾ ਵੀ ਵੱਟ 'ਤੇ ਬਹਿ ਗਏ ਅਤੇ ਨਾਲ ਦੀ ਨਾਲ ਉੱਥੋਂ ਮੂਲੀ ਪੱਟੀ ਸਾਫ਼ ਕੀਤੀ, ਪਾਣੀ 'ਚ ਧੋਤੀ, ਖਾਲ ਚੱਲਦੀ ਹੁੰਦੀ ਸੀ। ਮਤਲਬ ਉਹ ਜ਼ਮਾਨਾ ਵੀ ਸੀਗਾ ਜਦੋਂ ਖਾਲ ਚੱਲਦੀ ਹੈ ਨਾ ਜੀ ਜਿਹੜੀ, ਤਾਂ ਉਹਦੇ 'ਚੋਂ ਵੀ ਚੁਲੀ ਭਰ ਕੇ ਪਾਣੀ ਅਸੀਂ ਪੀਤਾ ਹੋਇਆ। ਇੰਨਾ ਕੁ ਇਹ ਧਰਤੀ ਹੈ ਜਿਹੜੀ ਪਵਿੱਤਰ ਅਤੇ ਸਾਫ਼ ਹੁੰਦੀ ਹੈ। ਦੂਜੀ ਵੱਡੀ ਗੱਲ ਇਹ ਹੈ ਕਿ ਇੱਥੇ ਦਿਲ ਬਹੁਤ ਲੱਗਦਾ, ਤੁਹਾਡਾ ਲੱਗਿਆ ਕਿ ਨਹੀਂ ਲੱਗਿਆ? ਬਹੁਤ ਜ਼ਿਆਦਾ। ਬਾਕੀ ਦੀਆਂ ਗੱਲਾਂ ਘੁੰਮਦੇ ਘੁੰਮਦੇ ਕਰਦੇ ਹਾਂ। ਇਹ ਕਣਕ ਹੈ ਜੀ, ਹੁਣੇ ਵਿਸਾਖੀ ਦਾ ਸਾਡੇ ਜ਼ਿਮੀਂਦਾਰਾਂ ਲਈ ਇਹ ਮਾਇਨੇ ਹੁੰਦਾ ਵੀ ਜਿਹੜੀ ਕਣਕ ਹੈ ਮੁੱਕੀ ਕਣਕ ਦੀ ਰਾਖੀ ਅਤੇ ਜੱਟਾ ਆਈ ਵਿਸਾਖੀ, ਹੁਣ ਇਹ ਪੱਕ ਚੁੱਕੀ ਹੈ, ਬਿਲਕੁਲ ਰੈਡੀ ਹੈ। ਇਹਦਾ ਹੁਣ ਅੱਜ ਤੋਂ ਇਹਨੂੰ ਜਿਵੇਂ ਅਸੀਂ ਵਾਢੀ ਸ਼ੁਰੂ ਕਰ ਦੇਣੀ ਆ, ਦਾਤੀ ਲੱਗ ਜਾਣੀ ਹੈ, ਜਾਂ ਹੁਣ ਤਾਂ ਕੰਬਾਈਨਾਂ ਨਾਲ ਵੱਢਦੇ ਆ, ਮਸ਼ੀਨ ਲੱਗ ਜਾਣੀ ਆ। ਪਹਿਲਾਂ ਇਹ ਹੁੰਦਾ ਸੀ ਵੀ ਜਦੋਂ ਕੋਈ ਵੀ ਫਸਲ ਅਸੀਂ ਵੱਢਣੀ ਹੈ ਤਾਂ ਘਰੋਂ ਪ੍ਰਸ਼ਾਦ ਬਣਾ ਕੇ ਲੈ ਕੇ ਆਉਂਦੇ ਹੁੰਦੇ ਸੀ ਜਾਂ ਗੁੜ ਲੈ ਕੇ ਆਉਂਦੇ ਹੁੰਦੇ ਸੀ, ਕਿਉਂਕਿ ਚੰਗਾ ਸ਼ਗਨ ਸੀਗਾ, ਸਾਡੀ ਫਸਲ ਹੈ, ਸਾਡੀਆਂ ਆਸਾਂ ਇਹਦੇ ਨਾਲ ਜਿਉਂਦੀਆਂ ਨੇ, ਸਾਡੀ ਬੜੀ ਇਹਦੇ 'ਤੇ
ਆਸ ਹੁੰਦੀ ਹੈ ਵੀ ਅਸੀਂ ਸਾਡੇ ਪਰਿਵਾਰ ਦਾ ਸਾਰਾ ਸਰਕਲ ਇਹਦੇ 'ਤੇ ਡਿਪੈਂਡ ਹੁੰਦਾ, ਫਸਲ 'ਤੇ ਜ਼ਿਮੀਦਾਰ ਡਿਪੈਂਡ ਹੁੰਦਾ। ਸੋ ਬੜੇ ਚਾਵਾਂ ਨਾਲ ਜਿਹੜੇ ਕਿਸਾਨ ਨੇ ਉਹ ਫਸਲ ਦੀ ਵਾਢੀ ਅੱਜ ਦਾ ਦਿਨ ਸੈਲੀਬ੍ਰੇਟ ਕਰਦੇ ਆ, ਵਿਸਾਖੀ ਨੂੰ ਸੈਲੀਬ੍ਰੇਟ ਕਰਦੇ ਆ। ਸੋ ਇੱਕ ਗੱਲ, ਅਸੀਂ ਤਾਂ ਬਚਪਨ 'ਚ ਸਾਡੀਆਂ ਸ਼ਰਾਰਤਾਂ ਹੀ ਨੇ, ਅਸੀਂ ਜਿਵੇਂ ਹੁਣ ਤਾਂ ਇਹਦਾ ਦਾਣਾ ਪੱਕ ਗਿਆ, 10 ਕੁ ਦਿਨ ਜੇ ਤੁਸੀਂ ਪਹਿਲਾਂ ਇਹਨਾਂ ਖੇਤਾਂ 'ਚ ਆਉਂਦੇ ਤਾਂ ਇਹਨਾਂ ਦਾਣਿਆਂ 'ਚੋਂ ਨਾ ਦੁੱਧ ਨਿਕਲਦਾ ਅਤੇ ਉਹਦੀ ਚਵਿੰਗਮ ਬਣਦੀ ਆ। ਅੱਛਾ ਜੀ, ਦੇਖੋ ਇਹਨੂੰ ਹੱਕਾ ਮਾਰੋ ਅਤੇ ਐਡੀ ਟੇਸਟੀ ਚਵਿੰਗਮ ਬਣਦੀ ਹੈ, ਉਹਦੇ ਮੂਹਰੇ ਸਾਰੀਆਂ ਬਬਲਗਮਾਂ ਫੇਲ ਨੇ। ਇੱਕ ਚੀਜ਼ ਹੋਰ ਪੁੱਛਣਾ ਚਾਹੂੰਗੀ ਮੈਂ ਕਿ ਜਿਵੇਂ ਹਰ ਕਿਸਾਨ ਨੂੰ ਜੋ ਉਹਦੀ ਜ਼ਮੀਨ ਹੈ ਉਹ ਵਿਰਾਸਤ 'ਚ ਮਿਲਦੀ ਹੈ ਉਹਦੇ ਬਜ਼ੁਰਗਾਂ ਕੋਲੋਂ ਜੀ, ਸੋ ਕਿੰਨਾ ਕੁ ਚੈਲੇਂਜਿੰਗ ਹੁੰਦਾ ਹੈ ਉਸ ਜ਼ਮੀਨ ਨੂੰ ਸੰਭਾਲ ਕੇ ਰੱਖਣਾ ਜਾਂ ਉਹ ਬਰਕਰਾਰ ਰੱਖਣੀ ਉਹ ਚੀਜ਼? ਜਿਵੇਂ ਆਪਦੇ ਜਵਾਕਾਂ ਦੀ ਸਾਂਭ ਹੁੰਦੀ ਹੈ, ਉਵੇਂ ਜਿਹੜਾ ਜ਼ਿਮੀਂਦਾਰ ਹੈ, ਕਿਸਾਨ ਹੈ, ਉਹ ਆਪਦੀ ਜ਼ਮੀਨ ਨੂੰ ਸਾਂਭਦਾ, ਕਿਉਂਕਿ ਉਹਦੇ ਜਵਾਕਾਂ ਦਾ ਫਿਊਚਰ ਵੀ ਉਸ ਜ਼ਮੀਨ 'ਤੇ ਹੁੰਦਾ। ਜ਼ਮੀਨ ਵੀ ਆਪਦੇ ਮਾਲਕਾਂ ਨੂੰ ਵਫਾ ਕਰਦੀ ਹੈ। ਜਦੋਂ ਤੁਸੀਂ ਦਿਲ ਲਾ ਕੇ ਕੋਈ ਵੀ ਕੰਮ ਕਰਦੇ ਹੋ, ਚਾਹੇ ਖੇਤੀ ਹੈ, ਜਿਵੇਂ ਪਹਿਲਾਂ ਬਲਦ ਹੁੰਦੇ ਸੀ ਹੁਣ ਟਰੈਕਟਰ ਹੋ ਗਏ, ਇਹ ਸਾਡੇ ਫੈਮਿਲੀ ਦਾ ਹਿੱਸਾ, ਸਾਡੇ ਪਰਿਵਾਰਕ ਮੈਂਬਰ ਨੇ, ਮਤਲਬ ਸਾਡੇ ਪੁੱਤਾਂ ਵਰਗੇ ਆ, ਚਾਹੇ ਘੋੜੇ ਹੋਣ ਚਾਹੇ ਬਲਦ ਹੋਣ। ਅੱਜ ਦੀ ਡੇਟ 'ਚ ਟੈਕਨੀਕਲ ਯੁੱਗ ਹੋ ਗਿਆ, ਟਰੈਕਟਰ ਟਰਾਲੀਆਂ ਆ ਗਈ, ਸੋ ਸਾਡਾ ਇੱਕ ਇਹਦੇ ਨਾਲ ਇਮੋਸ਼ਨਲੀ ਬਹੁਤ ਅਸੀਂ ਅਟੈਚ ਹਾਂ ਇਹਨਾਂ ਚੀਜ਼ਾਂ ਦੇ ਨਾਲ। ਸੋ ਵਾਹਿਗੁਰੂ ਸਾਰੇ ਪੰਜਾਬ ਨੂੰ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਪੰਜਾਬੀਅਤ ਨੂੰ, ਜਵਾਨ ਨੂੰ, ਸਾਡੀ ਮਾਂ ਬੋਲੀ ਨੂੰ ਚੜ੍ਹਦੀ ਕਲਾ ਬਖਸ਼ੇ, ਅਸੀਂ ਇਹ ਕਾਮਨਾ ਕਰਦੇ ਹਾਂ। ਅਤੇ ਵਿਸਾਖੀ ਦੀਆਂ ਇੱਕ ਵਾਰੀ ਫਿਰ ਤੋਂ ਸਾਰੇ ਜਿੰਨੇ ਵੀ ਵਿਊਅਰ ਸਾਡੇ ਦੇਖ ਰਹੇ ਆ, ਸਰੋਤੇ ਦੇਖ ਰਹੇ ਆ, ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਮਿਹਰ ਕਰੇ ਤੁਹਾਨੂੰ ਸਭ ਨੂੰ, ਚੜ੍ਹਦੀ ਕਲਾ ਬਖਸ਼ੇ। ਧੰਨਵਾਦ ਮੇਰੇ ਵੱਲੋਂ ਅਤੇ ਪਿਟਾਰਾ ਦੀ ਪੂਰੀ ਟੀਮ ਵੱਲੋਂ ਵੀ ਤੁਹਾਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆਓ ਤੁਹਾਨੂੰ ਮੈਂ ਖੇਤ ਦਿਖਾਉਂਦਾ।